ਸਤਿ ਸ਼੍ਰੀ ਅਕਾਲ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂਰ ਜਾਣਾ ਲੋਕ ਨਾ ਟੀਵੀ ਦੇ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਗੱਲਬਾਤ ਕਰਾਂਗੇ ਕਿ ਕੱਲ ਜਾਖੜ ਦੇ ਪਾਰਟੀ ਛੱਡਣ ਤੋਂ ਬਾਅਦ ਹੁਣ ਬੀਜੇਪੀ ਦੇ ਅੰਦਰ ਜਾਖੜ ਦਾ ਸਵਾਗਤ ਦੀ ਤਿਆਰੀ ਜਿਹੜੀ ਆ ਸ਼ੁਰੂ ਹੋ ਚੁੱਕੀ ਹੈ। ਕਿਹਦੇ ਬਿਆਨ ਆਏ ਨੇ, ਕਿਉਂ ਅਸੀਂ ਅਜਿਹਾ ਕਹਿ ਰਹੇ ਹਾਂ, ਉਸ ਤੇ ਅਸੀਂ ਜਿਹੜੀ ਹੈ ਉਹ ਗੱਲਬਾਤ ਕਰਾਂਗੇ। ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਹੁਣ ਵਾਰੀ ਸਿੱਧੂ ਦੀ ਹੈ, ਕਿਉਂ ਅਸੀਂ ਇਹ ਗੱਲ ਕਹਿ ਰਹੇ ਹਾਂ, ਇਸ ਤੇ ਵੀ ਗੱਲ ਕਰਾਂਗੇ। ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਕੱਲ ਪੰਜਾਬ ਦੇ ਵਿੱਚ ਅਮਿਤ ਸ਼ਾਹ ਆਏ ਸੀ, ਵੱਡੀਆਂ ਗੱਲਾਂ ਕਹਿ ਕੇ ਗਏ ਨੇ, ਕੀ ਕੁਝ ਕਹਿੰਦੇ ਨੇ, ਤੇ ਹੁਣ ਪੰਜਾਬ ਦੀ ਰਾਜਨੀਤੀ ਦੇ ਵਿੱਚ ਅੱਗੇ ਹੋਣ ਕੀ ਜਾ ਰਿਹਾ ਹੈ, ਕਿ ਸਿੱਧੂ ਤੇ ਜਾਖੜ ਦੇ ਲਈ ਰਾਹ ਕੀ ਹੈ, ਇਹਨਾਂ ਖਬਰਾਂ ਤੇ ਸਾਰੀਆਂ ਤੇ ਵਿਸਤਾਰ ਪੂਰਵਕ ਚਰਚਾ ਕਰਾਂਗੇ। ਚਰਚਾ ਦੇ ਲਈ ਮੇਰੇ ਨਾਲ ਜੁੜੇ ਹੋਏ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਫਿਰ ਪ੍ਰੋਗਰਾਮ ਦੀ ਸ਼ੁਰੂਆਤ। ਸਰ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਅਣਖੀ ਸਾਹਿਬ, ਸ਼ੁਰੂਆਤ ਜਿਹੜੀ ਹੈ ਉਹ ਆਪਾਂ ਇਸੇ ਖਬਰ ਤੋਂ ਕਰਦੇ ਹਾਂ ਕਿ ਜਾਖੜ ਦਾ ਜਿਹੜਾ ਸਵਾਗਤ ਹੋ ਰਿਹਾ ਬੀਜੇਪੀ ਦੇ ਅੰਦਰ, ਕੱਲ ਜਾਖੜ ਨੇ ਪਾਰਟੀ ਛੱਡੀ ਹੈ ਤੇ ਨਾਲ ਹੀ ਨਾਲ ਜਿਹੜੇ ਫਤਿਹ ਜੰਗ ਸਿੰਘ ਬਾਜਵਾ ਨੇ ਬੀਜੇਪੀ ਦੇ ਲੀਡਰ, ਉਹਨਾਂ ਦੇ ਵੱਲੋਂ ਤੇ ਕੁਝ ਹੋਰ ਲੀਡਰਾਂ ਦੇ ਵੱਲੋਂ ਬਿਆਨ ਆ ਗਏ ਬੀਜੇਪੀ ਦੀਆਂ ਵੱਲੋਂ ਕਿ ਜੇ ਜਾਖੜ ਸਾਡੇ ਵੱਲ ਆਉਂਦੇ ਨੇ ਤਾਂ ਅਸੀਂ ਪਾਰਟੀ ਦੇ ਵਿੱਚ ਉਹਨਾਂ ਦਾ ਤਹਿ ਦਿਲੋਂ ਸਵਾਗਤ ਕਰਾਂਗੇ। ਉਹਨਾਂ ਨੇ ਮੇਰੇ ਖਿਆਲ ਚ ਆਪਣੀ ਹਾਈ ਕਮਾਂਡ ਦੇ ਨਾਲ ਵੀ ਉਹਨਾਂ ਨੂੰ ਅਪਰੋਚ ਕਰਨੀਆਂ ਜਿਹੜੀਆਂ ਗੱਲਾਂ ਸ਼ੁਰੂ ਕਰ ਦਿੱਤੀਆਂ ਨੇ। ਕਿਵੇਂ ਦੇਖਦੇ ਹੋ ਕਿ ਵਾਕਈ ਅਜਿਹਾ ਹੋ ਸਕਦਾ ਹੈ ਜਾਂ ਹਲੇ ਹੋਰ ਵੇਟ ਹੋ ਸਕਦੀ ਹੈ? ਸੁਖਵਿੰਦਰ ਜੀ, ਇਹ ਤਾਂ ਗੱਲ ਪੱਕੀ ਆ ਕਿ ਸ੍ਰੀ ਜਾਖੜ ਦਾ ਹੁਣ ਸਿਆਸੀ ਜੀਵਨ ਆ ਉਹ ਕਿਸੇ ਹੋਰ ਪਾਰਟੀ ਨਾਲ ਤੇ ਜਾਂ ਇੰਡੀਪੈਂਡੈਂਟ ਤੌਰ ਤੇ ਸ਼ੁਰੂ ਹੋਵੇਗਾ, ਤਾਂ ਉਸ ਦੇ ਵਿੱਚ ਜ਼ਿਆਦਾ ਜਿਹੜੀ ਸੰਭਾਵਨਾ ਹੈਗੀ ਆ ਭਾਰਤੀ ਜਨਤਾ ਪਾਰਟੀ ਨਾਲ ਜਾਣ ਦੀ, ਉਹਨਾਂ ਦੀ ਸੰਭਾਵਨਾ ਹੈਗੀ ਆ। ਕਿਉਂਕਿ ਬੀਤੇ ਦਿਨਾਂ ਦੇ ਵਿੱਚ ਬਹੁਤ ਵਾਰ ਕਹਿ ਚੁੱਕੇ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਹਨਾਂ ਦੇ ਨਿੱਜੀ ਸੰਬੰਧ ਨੇ ਤੇ ਉਹਨਾਂ ਨੇ ਨਿੱਜੀ ਸੰਬੰਧ ਇੱਕ ਪਾਸੇ ਰੱਖੇ ਨੇ ਤੇ ਰਾਜਨੀਤਿਕ ਸੰਬੰਧ ਇੱਕ ਪਾਸੇ। ਸੋ ਜੇਕਰ ਇਹਨਾਂ ਗੱਲਾਂ ਦੇ ਆਧਾਰ ਤੇ ਗੱਲ ਵੇਖੀਏ, ਜੇ ਸਾਰੀ ਸੱਚਾਈ ਨੂੰ ਦੇਖੀਏ, ਤਾਂ ਇਹ ਕਲੀਅਰ ਆ ਕਿ ਸ਼ਾਇਦ ਆਉਂਦਿਆਂ ਕੁਛ ਦਿਨਾਂ ਚ ਸੁਨੀਲ ਜਾਖੜ ਨੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਜਿਹੜਾ ਉਹ ਫੜ ਸਕਦੇ ਆ, ਕਿਉਂਕਿ ਅਜੇ ਉਹਨਾਂ ਨੇ ਸਿਆਸੀ ਜੀਵਨ ਸਿਆਸੀ ਪਾਰੀ ਜਿਹੜੀ ਆ ਉਹਨਾਂ ਨੇ ਖੇਡਣੀ ਆ। ਤੇ ਹਰ ਰਾਜਨੀਤਿਕ ਆਗੂ ਕਦੇ ਵੀ ਆਪਣੀ ਹਾਰ ਜਿਹੜੀ ਆ ਜਾਂ ਆਪਣੇ ਸਫ਼ਰ ਨੂੰ ਕਦੇ ਵੀ ਕਿਸੇ ਵੀ ਸਥਾਨ ਤੇ ਬਰਾਮ ਚਿੰਨ ਜਿਹੜਾ ਉਹ ਨਹੀਂ ਦਿੰਦਾ, ਸਫ਼ਰ ਉਸਦਾ ਜਾਰੀ ਦਿੰਦਾ। ਹੁਣ ਕੱਲ੍ਹ ਜਦੋਂ ਕਾਂਗਰਸ ਪਾਰਟੀ ਤੋਂ ਜਾਂ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਕੱਲ੍ਹ ਅਲਵਿਦਾ ਕਿਹਾ, ਤਾਂ ਉਸ ਤੋਂ ਬਾਅਦ ਜਿਹੜੀ ਸਿਆਸਤ ਗਰਮਾ ਗਈ ਆ। ਫਤਿਹ ਜੰਗ ਸਿੰਘ ਬਾਜਵਾ ਜਿਹੜੇ ਪਹਿਲੇ ਕਾਂਗਰਸੀ ਸਨ, ਕਾਂਗਰਸੀ ਮੰਤਰੀ ਦੇ ਕੈਪਟਨ ਅਮਰਿੰਦਰ ਹੋਣਾ ਦੇ ਬਹੁਤ ਕਲੋਜ਼ ਸੀ ਔਰ ਬਾਅਦ ਦੇ ਵਿੱਚ ਉਹ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਗਏ। ਉਹਨਾਂ ਦੇ ਹੁਣ ਬਿਆਨ ਆਏ ਨੇ, ਤਾਂ ਬਿਆਨਾਂ ਦੇ ਸੰਬੰਧ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਕਿ ਭਾਰਤੀ ਜਨਤਾ ਪਾਰਟੀ ਦਾ ਵਿੱਚ ਸੁਨੀਲ ਜਾਖੜ ਜੇਕਰ ਆਉਂਦੇ ਨੇ ਤੇ ਉਹਨਾਂ ਦਾ ਸਵਾਗਤ ਆ, ਕਿਉਂਕਿ ਬੜੇ ਉਹ ਸੀਨੀਅਰ ਲੀਡਰ ਨੇ, ਬੜੇ ਸੱਚੇ ਨੇ, ਇਮਾਨਦਾਰ ਨੇ, ਜਿਹੋ ਜਿਹੇ ਲੋਕ ਇਹੋ ਜਿਹੇ ਸਮੇਂ ਚ ਗੱਲਾਂ ਕਰਦੇ ਹੁੰਦੇ ਆ, ਉਹ ਜਿਹੜੇ ਵਿਸ਼ੇਸ਼ਣ ਨੇ ਉਸ ਵੀ ਜਾਖੜ ਦਾ ਫਤਿਹ ਜੰਗ ਸਿੰਘ ਬਾਜਵਾ ਨੇ ਲਾਏ। ਸੁਖਵਿੰਦਰ ਜੀ, ਤੁਹਾਨੂੰ ਯਾਦ ਹੋਣਾ ਭਾਰਤੀ ਜਨਤਾ ਪਾਰਟੀ ਹਮੇਸ਼ਾ ਇਸੇ ਤਲਾਅ ਚ ਰਹੀ ਹੈ ਕਿ ਦੂਜੀ ਪਾਰਟੀਆਂ ਦੇ ਬੰਦਿਆਂ ਨੂੰ ਆਪਣੀਆਂ ਪਾਰਟੀਆਂ ਦੇ ਵਿੱਚ ਲਿਆ ਕੇ ਐਡਜਸਟ ਕੀਤਾ ਜਾਵੇ। ਬੇਸ਼ੱਕ ਉਹ ਵਿਅਕਤੀ ਜਦੋਂ ਦੂਜੀਆਂ ਪਾਰਟੀਆਂ ਚ ਹੁੰਦੇ ਆ ਤਾਂ ਉਸ ਵਕਤ ਜਿਹੋ ਜਿਹੇ ਮਰਜ਼ੀ ਉਹ ਇਲਜ਼ਾਮ ਉਹਨਾਂ ਤੇ ਲੱਗੇ ਹੋਣ, ਪਰ ਭਾਰਤੀ ਜਨਤਾ ਪਾਰਟੀ ਚ ਵਿੱਚ ਜਦੋਂ ਸ਼ਾਮਿਲ ਹੋ ਜਾਂਦੇ ਆ ਉਹ ਫਿਰ ਸਾਫ਼ ਤੇ ਸ਼ੁੱਧ ਬਣ ਜਾਂਦੇ ਆ। ਇਹ ਭਾਰਤੀ ਜਨਤਾ ਪਾਰਟੀ ਦੀ ਨੀਤੀ ਰਹੀ ਹੈ, ਕੇਵਲ ਪੰਜਾਬ ਦੇ ਵਿੱਚ ਹੀ ਨਹੀਂ, ਟੋਟਲ ਹਿੰਦੁਸਤਾਨ ਦੇ ਵਿੱਚ। ਤਾਂ ਉਹ ਸਾਰੇ ਪ੍ਰਸੰਗ ਦੇ ਵਿੱਚ ਵੇਖੀਏ ਤਾਂ ਸੁਨੀਲ ਜਾਖੜ ਦੀ ਜਿਹੜੀ ਸਥਿਤੀ ਆ ਉਹ ਜ਼ਿਆਦਾ ਜਿਹੜੀ ਮਜ਼ਬੂਤ ਨਜ਼ਰ ਆਉਂਦੀ ਹੈ, ਕਿਉਂਕਿ ਸਾਫ਼ ਸਪਸ਼ਟ ਉਹਨਾਂ ਦਾ ਜਿਹੜਾ ਸਿਆਸੀ ਜੀਵਨ ਜਿਹੜਾ ਰਿਹਾ ਹੈ। ਫਤਿਹ ਜੰਗ ਸਿੰਘ ਬਾਜਵਾ ਨੇ ਇਹ ਗੱਲ ਕਹੀ ਹੈ ਕਿ ਕਾਂਗਰਸ ਜਿਹੜੀ ਉਹ ਟੁੱਟਣ ਦੇ ਕਿਨਾਰੇ ਆ। ਜੇਕਰ ਅਗਲੀ ਵਾਰੀ ਉਹਨਾਂ ਨੇ ਨਵਜੋਤ ਸਿੱਧੂ ਵੱਲੋਂ ਵੀ ਕਿਹਾ ਕਿ ਨਵਜੋਤ ਸਿੱਧੂ ਦੀ ਵੀ ਅਗਲੀ ਵਾਰੀ ਤੈਅ ਹੈ, ਉਹਨਾਂ ਨੇ ਫਤਿਹ ਜੰਗ ਸਿੰਘ ਬਾਜਵਾ ਨੇ ਸੁਨੀਲ ਜਾਖੜ ਦੇ ਜਾਣ ਤੋਂ ਬਾਅਦ ਇਹ ਵੀ ਇਲਜ਼ਾਮ ਕਾਂਗਰਸ ਤੇ ਲਾਇਆ ਕਿ ਹੁਣ ਤਾਂ ਇਹਨਾਂ ਦੇ 18 ਵਿਧਾਇਕ ਆ ਗਏ ਨੇ ਅਗਲੀਆਂ ਚੋਣਾਂ 'ਚ, ਮੇਰਾ ਨਹੀਂ ਖਿਆਲ ਕਹਿੰਦਾ ਉਹ ਕਿ 2 ਜਾਂ 3 ਵੀ ਸੀਟਾਂ ਜਿਹੜੀਆਂ ਲੈਣ। ਇਹ ਫਤਿਹ ਜੰਗ ਸਿੰਘ ਬਾਜਵਾ ਨੇ ਆਪਣਾ ਜਿਹੜਾ ਪੱਖ ਆ ਉਹ ਪੇਸ਼ ਕੀਤਾ ਤਾਂ ਜੋ ਸੁਨੀਲ ਜਾਖੜ ਜਿਹੜੇ ਨੇ ਉਹ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ। ਸੁਖਵਿੰਦਰ ਜੀ, ਅਗਰ ਮੈਂ ਫਤਿਹ ਜੰਗ ਸਿੰਘ ਬਾਜਵਾ ਦੇ ਸਿਆਸੀ ਜੀਵਨ ਦੀ ਗੱਲ ਕਰਾਂ ਤਾਂ ਕੇਵਲ ਤੇ ਕੇਵਲ ਇਹ 2 ਵਾਰੀ ਇਹ ਜਿਹੜੇ ਚੋਣਾਂ ਜਿੱਤੇ ਨੇ, 2 ਜਾਂ 1 ਵਾਰੀ, ਤੀਸਰੀ ਵਾਰ ਉਹਨਾਂ ਨੇ ਨਹੀਂ, ਮਤਲਬ ਜਿਹੜੀ ਚੋਣ ਜਿਹੜੀ ਜਿਹੜੇ ਹਾਰੇ ਨੇ, ਤੀਜੀ ਵਾਰੀ ਹਾਰ ਕੇ ਨੇ, 1 ਵਾਰੀ ਉਹ ਮੰਤਰੀ ਰਹੇ ਨੇ, ਸੋਰੀ ਮਾਫ਼ ਕਰਨਾ, ਵਧਾਇਕ ਰਹੇ। ਤਾਂ ਅਗਰ ਉਹਨਾਂ ਦੇ ਜੀਵਨ ਦੀ ਗੱਲ ਕਰੀਏ ਤਾਂ ਉਹਨਾਂ ਦਾ ਜਿਹੜਾ ਹੁਣ ਭਾਰਤੀ ਜਨਤਾ ਪਾਰਟੀ ਨਾਲ ਜਿਹੜਾ ਉਹਨਾਂ ਦਾ ਖੇਡ ਜਿਹੜੀ ਚੱਲ ਰਹੀ ਆ, ਉਹ ਆਪਣੇ ਆਪ ਨੂੰ ਭਾਰਤੀ ਜਨਤਾ ਪਾਰਟੀ ਦੇ ਇੱਕ ਸਥਾਪਿਤ ਨੇਤਾ ਵਜੋਂ ਵੇਖਣਾ ਚਾਹੁੰਦੇ ਆ, ਜਿਸ ਤਰੀਕੇ ਦੀ ਅਸੀਂ ਗੱਲਾਂ ਕਰਦੇ ਕਿ ਇੱਕ ਸਿੱਖ ਚਿਹਰਾ ਭਾਰਤੀ ਜਨਤਾ ਪਾਰਟੀ ਨੂੰ ਚਾਹੀਦਾ, ਤੇ ਫਤਿਹ ਜੰਗ ਸਿੰਘ ਬਾਜਵਾ ਆਪਣੀ ਉਸ ਸਥਿਤੀ ਦੇ ਵਿੱਚ ਮਜ਼ਬੂਤ ਕਰਨ ਦੇ ਚੱਕਰ ਚ ਨੇ,
ਤੇ ਹੁਣ ਜੇਕਰ ਸੁਨੀਲ ਜਾਖੜ ਵੀ ਪੁਰਾਣੇ ਕਾਂਗਰਸੀ ਨੇ ਉਹ ਵੀ ਕਾਂਗਰਸ ਦੇ ਨਵਜੋਤ ਸਿੱਧੂ ਨਾਲ ਵੀ ਉਹਨਾਂ ਦੇ ਸੰਬੰਧ ਜਿਹੜੇ ਬੜੇ ਸਖਾਵੇ ਨੇ ਤੇ ਕੁਦਰਤੀ ਤੌਰ ਤੇ ਜੇਕਰ ਕਾਂਗਰਸ ਹਾਈਕਮਾਨ ਹੁਣ ਅਗਲਾ ਸਟੈਪ ਜਿਹੜਾ ਨਵਜੋਤ ਸਿੱਧੂ ਦੇ ਖਿਲਾਫ ਲੈਂਦੀ ਆ ਤਾਂ ਕੁਦਰਤੀ ਤੌਰ ਤੇ ਫਤਿਹਜੰਗ ਸਿੰਘ ਬਾਜਵਾ ਦੇ ਫਿਰ ਇਹੋ ਜਿਹੇ ਬਿਆਨ ਜਿਹੜੇ ਆਉਣੇ ਸੁਭਾਵਕ ਨੇ। ਹੁਣ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਥਿਤੀ ਆ ਉਹ ਆਪਣੇ ਪੈਰ ਲਾਉਣ ਦੀ ਸਥਿਤੀ ਆ ਪੰਜਾਬ ਦੇ ਵਿੱਚ। ਹਾਲਾਂਕਿ ਇਹਨਾਂ ਚੋਣਾਂ ਦੇ ਵਿੱਚ ਉਹਨਾਂ ਨੇ ਆਪਣੇ ਪਰ ਤੋੜ ਕੇ ਵੇਖ ਲਿਆ ਤਾਂ ਉਹਨਾਂ ਪਰਾਂ ਦੇ ਮੁਤਾਬਕ ਉਹ ਉੱਡ ਨਹੀਂ ਸਕੇ, ਆਪਣੀ ਉਡਾਨ ਜਿਹੜੀ ਭਰ ਨਹੀਂ ਸਕੇ। ਪਰ ਜੇਕਰ ਸੁਨੀਲ ਜਾਖੜ ਵਰਗੇ ਬੰਦੇ, ਹਾਲਾਂਕਿ ਫਤਿਹਜੰਗ ਸਿੰਘ ਬਾਜਵਾ ਨੇ ਵੀ ਜਿਹੜੀ ਟਿਕਟ ਹੈ ਤਾਂ ਚੋਣ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਨਿਸ਼ਾਨ ਤੇ ਲੜੀ ਹੈ ਤੇ ਬਟਾਲੇ ਦੇ ਵਿੱਚੋਂ ਉਹਨਾਂ ਦਾ ਜਿਹੜਾ ਚੌਥਾ ਜਾਂ ਤੀਸਰਾ ਸਥਾਨ ਸੀ, ਫਤਿਹਜੰਗ ਬਾਜਵਾ ਦਾ ਬਿਆਨ ਆਇਆ, ਕੁੱਝ ਹੋਰ ਲੋਕਾਂ ਦੇ ਬਿਆਨ ਆਏ ਆ, ਤਾਂ ਕੀ ਲੱਗਦਾ ਕਿ ਇਸ ਵਾਲੇ ਪਾਸੇ ਨੂੰ ਚਰਚਾ ਜਿਹੜੀ ਇਹ ਚੱਲ ਰਹੀ ਹੈ ਕਿ ਇਹ ਅਸਲੀਅਤ ਦੇ ਵਿੱਚ ਬਦਲ ਸਕਦੀ ਹੈ? ਜੇ ਮੈਂ ਜਾਖੜ ਵਾਲੇ ਪਾਸਿਓਂ ਦੇਖਾਂ, ਠੀਕ ਹੈ ਇੱਧਰੋਂ ਬਿਆਨ ਆ ਰਹੇ ਆ, ਆਪਾਂ ਫਤਿਹਜੰਗ ਬਾਜਵਾ ਨੂੰ ਛੱਡੀਏ ਕਿ ਉਹਨਾਂ ਦਾ ਸਿਆਸੀ ਜੀਵਨ ਕੀ ਹੈ ਜਾਂ ਕਿੱਦਾਂ, ਆਪਾਂ ਇਹੀ ਗੱਲ ਕਰੀਏ ਕਿ ਜਾਖੜ ਕੀ ਸੋਚਦੇ ਹੋਣਗੇ, ਕੀ ਲੱਗਦਾ ਕਿ ਜਾਖੜ ਕੋਲ ਆਪਸ਼ਨ ਕੀ ਹੈ? ਜਿਸ ਤਰੀਕੇ ਦੀਆਂ ਚਰਚਾਵਾਂ ਸ਼ੁਰੂ ਹੋ ਚੁੱਕੀਆਂ ਨੇ, ਕਿਉਂਕਿ ਇਹ ਨਹੀਂ ਕਿ ਫਤਿਹਜੰਗ ਬਾਜਵਾ ਚਾਹੁੰਦੇ ਹੋਣ ਜਾਖੜ ਭਾਜਪਾ ਦੇ ਵਿੱਚ ਆ ਜਾਣ, ਤਾਂ ਇਹਨੂੰ ਆਪਾਂ ਵੱਡੀ ਗੱਲ ਨਾ ਲਈਏ, ਕਿਉਂਕਿ ਇਹ ਵੀ ਗੱਲ ਹੈ ਕਿ ਜੇ ਇਹ ਵੀ ਚਾਹੁੰਦੇ ਨੇ ਫਤਿਹਜੰਗ ਬਾਜਵਾ ਤੇ ਹੋਰ ਵੱਡੇ ਲੀਡਰ ਵੀ ਚਾਹੁੰਦੇ ਹੋਣਗੇ ਕਿ ਬੀਜੇਪੀ ਦੇ ਵਿੱਚ ਆਉਣ, ਕਿਉਂਕਿ ਜਾਖੜ ਇੱਕ ਤਾਂ ਵੱਡੇ ਲੀਡਰ ਨੇ, ਦੂਜਾ ਵਿਧਾਇਕ ਵੀ ਹਾਲੇ ਤੱਕ ਰਹੇ ਨਹੀਂ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਬਾਕੀ ਲੀਡਰ ਵੀ ਚਾਹੁੰਦੇ ਹੋਣਗੇ, ਪਰ ਇਹ ਜੋ ਚਰਚਾ ਚੱਲ ਰਹੀ ਹੈ ਕੀ ਲੱਗਦਾ ਕਿ ਇਹ ਅਸਲੀਅਤ ਦੇ ਵਿੱਚ ਆਊਗੀ? ਜੀ ਜੀ ਬਿਲਕੁਲ, ਮੈਂ ਅਸਲ ਚ ਸਪਸ਼ਟ ਲੱਗਾ ਸਾਨੂੰ ਕਿ ਚਰਚਾ ਮੈਂ ਥੋੜੀ ਜਿਹੀ ਆਪਾਂ ਕਲੀਅਰ ਕਰ ਦਈਏ। ਬਾਕੀ ਜੇਕਰ ਅਸੀਂ ਸਦਾ ਸੁਨੀਲ ਜਾਖੜ ਦੀ ਸਥਿਤੀ ਦੇ ਬਿਆਨ ਦੀ ਗੱਲ ਕਰੀਏ ਤਾਂ ਅਜੇ ਸੁਨੀਲ ਜਾਖੜ ਇੰਨੀ ਜਲਦੀ ਮੇਰਾ ਨਹੀਂ ਖਿਆਲ ਕਰਨ, ਅਜੇ ਉਹ ਨਵਜੋਤ ਸਿੱਧੂ ਉੱਤੇ ਲਏ ਜਾਣ ਵਾਲੇ ਐਕਸ਼ਨ ਨੂੰ ਦੇਖਣਗੇ। ਹਾਲਾਂਕਿ ਬੀਤੇ ਦੌਰ ਦੇ ਵਿੱਚ ਜਦੋਂ ਉਹਨਾਂ ਨੇ ਪਿੱਛੇ ਵੀ ਚਰਚਾਵਾਂ ਜਦੋਂ ਚੱਲੀਆਂ ਸਨ, ਜਦੋਂ ਉਹਨਾਂ ਨੇ ਕਾਂਗਰਸ ਛੱਡਣ ਦਾ ਐਲਾਨ ਕੀਤਾ ਸੀ ਤਾਂ ਪੱਤਰਕਾਰਾਂ ਨੇ ਉਸ ਵਕਤ ਉਹਨਾਂ ਨੂੰ ਪੁੱਛਿਆ ਸੀ ਕਿ ਤੁਹਾਡਾ ਅਗਲਾ ਕਦਮ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਪ੍ਰਤੀ ਹੋ ਸਕਦਾ, ਤਾਂ ਉਹਨਾਂ ਦਾ ਇਹ ਜਵਾਬ ਸੀ ਵੇਖੋ ਤੇ ਇੰਤਜ਼ਾਰ ਕਰੋ। ਹੁਣ ਜਦੋਂ ਕਿ ਕਾਂਗਰਸ ਦਾ ਉਹਨਾਂ ਦਾ ਪੂਰਨ ਤੌਰ ਤੇ ਤੋੜ ਵਿਛੋੜਾ ਹੋ ਚੁੱਕਾ, ਦੂਜੇ ਪਾਸੇ ਨਵਜੋਤ ਸਿੱਧੂ ਦੀ ਵੀ ਉਹ ਤਾਰੀਫ਼ ਕਰ ਚੁੱਕੇ ਆ, ਨਵਜੋਤ ਸਿੱਧੂ ਵੀ ਉਹਨਾਂ ਦੀ ਤਾਰੀਫ਼ ਜਿਹੜੀ ਆ ਉਹ ਕਰ ਚੁੱਕੇ ਨੇ, ਬੇਸ਼ਕੀਮਤੀ ਹੀਰਾ ਸੋਨਾ ਉਹਨਾਂ ਨੂੰ ਕਹਿ ਚੁੱਕੇ ਨੇ, ਤਾਂ ਇਹਨਾਂ ਸਾਰੇ ਸਥਿਤੀਆਂ ਦੇ ਵਿੱਚ ਅਗਰ ਮੈਂ ਮੁਲਾਂਕਣ ਕਰਾਂ ਤਾਂ ਇਹ ਗੱਲ ਸਾਫ਼ ਆ ਸੁਖਵਿੰਦਰ ਜੀ ਕਿ ਸੁਨੀਲ ਜਾਖੜ ਦਾ ਜਿਹੜਾ ਅਗਲਾ ਕਦਮ ਉਹ ਜ਼ਰੂਰ ਕਿਸੇ ਰਾਜਨੀਤਿਕ ਪਾਰਟੀ ਵਿੱਚ ਸ਼ਾਮਲ ਹੋ ਸਕਦਾ, ਪਰ ਅਜੇ ਉਹ ਥੋੜਾ ਜਿਹਾ ਇੰਤਜ਼ਾਰ ਕਰਨਗੇ, ਏਡੀ ਜਲਦੀ ਹੋ ਨਹੀਂ ਸਕਦਾ ਕਿਉਂਕਿ ਪਹਿਲਾਂ ਉਹਨਾਂ ਨੇ ਇਹ ਦੇਖਣਾ ਕਿ ਨਵਜੋਤ ਸਿੱਧੂ ਦੇ ਪ੍ਰਤੀ ਕਾਂਗਰਸ ਹਾਈਕਮਾਨ ਦਾ ਕੀ ਰੁੱਖ ਆ, ਨਵਜੋਤ ਸਿੱਧੂ ਪੰਜਾਬ ਦੇ ਵਿੱਚ ਕਿਹੋ ਜਿਹੀ ਰਾਜਨੀਤੀ ਕਰਦੇ ਆ, ਜੇਕਰ ਨਵਜੋਤ ਸਿੱਧੂ ਆਪਣੀ ਵੱਖਰੀ ਪਾਰਟੀ ਬਣਾਉਣ ਦੇ ਜਾਂ ਇੱਕ ਅੰਦੋਲਨ ਸ਼ੁਰੂ ਕਰਦੇ ਆ ਤਾਂ ਸ਼ਾਇਦ ਜਿਹੜੇ ਸੁਨੀਲ ਜਾਖੜ ਨੇ ਨਵਜੋਤ ਸਿੱਧੂ ਨਾਲ ਮਿਲ ਕੇ ਚੱਲਣ, ਕਿਉਂਕਿ ਬੀਤੇ ਦੌਰ ਦੇ ਵਿੱਚ ਦੋਵਾਂ ਨੇਤਾਵਾਂ ਦੀ ਆਪਸੀ ਜਿਹੜੀ ਕਲੈਬੋਰੇਸ਼ਨ ਆ ਉਹ ਕਾਫੀ ਜਿਹੜੀ ਵੇਖਣ ਨੂੰ ਮਿਲਦੀ ਰਹੀ ਆ। ਇਹ ਬਾਕੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਾਣ ਦਾ ਜੇਕਰ ਅਸੀਂ ਗੱਲ ਕਰੀਏ, ਜੇਕਰ ਪਿਛਲੇ ਦੌਰ 'ਚ ਉਹਦਾ ਇਹਨਾਂ ਦਾ ਬਿਆਨ ਇੱਕ ਜ਼ਰੂਰ ਆਇਆ ਸੀ ਕਿ ਹਾਂ ਵੇਖੋ ਤੇ ਇੰਤਜ਼ਾਰ ਕਰੋ, ਜਦੋਂ ਪੱਤਰਕਾਰਾਂ ਨੇ ਇਹਨੀ ਗੱਲ ਪੁੱਛੀ ਕਿ ਤੁਹਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਖਾਸ ਸੰਬੰਧ ਨੇ ਤਾਂ ਉਹਨਾਂ ਨੇ ਕਿਹਾ ਸੀ ਕਿ ਮੇਰੇ ਉਹਨਾਂ ਨਾਲ ਨਿੱਜੀ ਸੰਬੰਧ ਹਨ, ਰਾਜਨੀਤਿਕ ਸੰਬੰਧ ਹਨ, ਭਾਵ ਇਹਦੇ ਪ੍ਰਤੀ ਉਹ ਇਸ਼ਾਰਾ ਦੇ ਚੁੱਕੇ ਨੇ। ਪਰ ਜੇਕਰ ਅਸੀਂ ਇਹ ਗੱਲ ਕਹੀਏ ਕਿ ਇੱਕ ਜਾਂ ਦੋ ਦਿਨਾਂ ਦੇ ਵਿੱਚ ਸੁਨੀਲ ਜਾਖੜ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਜਾਣਗੇ, ਮੈਨੂੰ ਨਹੀਂ ਲੱਗਦਾ ਅਜੇ ਉਹ ਨਵਜੋਤ ਸਿੱਧੂ ਦੇ ਪ੍ਰਤੀ ਕਾਂਗਰਸ ਹਾਈਕਮਾਨ ਦਾ ਕੀ ਰੁੱਖ ਆ, ਉਸ ਤੋਂ ਬਾਅਦ ਉਹ ਆਪਣਾ ਫੈਸਲਾ ਲੈਣਗੇ ਜ਼ਰੂਰ, ਔਰ ਫੈਸਲਾ ਇਹ ਹੋ ਸਕਦਾ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਹੀ ਸ਼ਾਮਲ ਹੋਣ, ਪਰ ਇੰਨੀ ਜਲਦੀ ਲੱਗਦਾ ਨਹੀਂ ਹੈ ਕਿਉਂਕਿ ਅਜੇ ਉਹਨਾਂ ਨੇ ਕੀ ਲੱਗਦਾ ਹੈ ਨਵਜੋਤ ਸਿੱਧੂ ਦੇ ਖਿਲਾਫ਼ ਕੋਈ ਫੈਸਲਾ ਲੈ ਸਕਦੀ ਹੈ ਹਾਈਕਮਾਨ ਜਾਂ ਜਾਖੜ ਵਾਲੇ ਫੈਸਲੇ ਤੋਂ ਬਾਅਦ ਦਿਖਾਊਗਾ ਕੀ, ਜਾਖੜ ਵਾਲੇ ਫੈਸਲੇ ਤੋਂ ਬਾਅਦ ਕੀ ਹਾਈਕਮਾਨ ਇਹ ਮਹਿਸੂਸ ਕਰੂ ਜੇ ਜਾਖੜ ਚਲੇ ਗਏ ਤਾਂ ਜਾਣ ਦਿਓ, ਜੇ ਸਿੱਧੂ ਵੀ ਜਾਂਦੇ ਆ ਤਾਂ ਜਾਣ ਦਿਓ, ਜਾਂ ਫਿਰ ਹਾਈਕਮਾਨ ਦਾ ਫੈਸਲਾ ਇਹ ਹੋਊਗਾ ਕਿ ਜਾਖੜ ਦੇ ਜਾਣ ਦੇ ਨਾਲ ਨੁਕਸਾਨ ਹੋ ਰਿਹਾ ਲੋਕਾਂ ਦੇ ਵਿੱਚ, ਕਾਂਗਰਸ ਦੇ ਵਿੱਚ ਹਾਹਾਕਾਰ ਮਚ ਰਹੀ ਹੈ ਤੇ ਸਿੱਧੂ ਨੂੰ ਰੋਕ ਲਿਆ ਜਾਵੇ, ਕੀ ਲੱਗ ਰਿਹਾ ਕੀ ਹੋਣ ਜਾ ਰਿਹਾ, ਬਾਰੀ ਸਿੱਧੂ ਦੀ ਹੈ ਜਾਂ ਨਹੀਂ? ਦੇਖੋ ਸੁਖਵਿੰਦਰ ਜੀ, ਜੇਕਰ ਨਵਜੋਤ ਸਿੱਧੂ ਦੇ ਪ੍ਰਸੰਗ ਦੇ ਵਿੱਚ ਅਸੀਂ ਗੱਲ ਕਰੀਏ ਤਾਂ ਉਧਰੋਂ ਕਾਂਗਰਸ ਹਾਈਕਮਾਨ ਦੇ ਰੁੱਖ ਦੀ ਗੱਲ ਕਰੀਏ ਤਾਂ ਇਹ ਜਿਹੜੀਆਂ ਸਥਿਤੀਆਂ ਹੁਣ ਮੇਲ ਜਿਹੜੀਆਂ ਉਹ ਨਹੀਂ ਖਾਂਦੀਆਂ, ਕਿਉਂਕਿ ਇਸ ਪਾਸੇ ਜਿਹੜੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਇਕਾਈ ਜਿਹੜੀ ਆ ਰਾਜਾ ਵੜਿੰਗ ਵਾਲੀ, ਉਹ ਪੂਰਨ ਤੌਰ ਤੇ ਨਵਜੋਤ ਸਿੱਧੂ ਦੇ ਵਿਰੋਧ ਵਿੱਚ ਨਜ਼ਰ ਆ ਰਹੀ ਹੈ। ਦੂਜੇ ਪਾਸੇ ਨਵਜੋਤ ਸਿੱਧੂ ਆਪਣੀਆਂ ਸਰਗਰਮੀਆਂ ਬੇਰੋਕ ਜਾਰੀ ਰੱਖੇ ਨੇ, ਹਰ ਦਿਨ ਉਹਨਾਂ ਦੀਆਂ ਜਿਹੜੀਆਂ ਸਰਗਰਮੀਆਂ ਨੇ ਉਹ ਚੱਲਦੀਆਂ ਪਈਆਂ ਨੇ ਤੇ ਕਾਂਗਰਸ ਹਾਈਕਮਾਨ ਤੇ ਪੰਜਾਬ ਦੀ ਕਾਂਗਰਸ ਇਕਾਈ ਦੀਆਂ ਨਜ਼ਰਾਂ ਦੇ ਵਿੱਚ ਸ਼ਾਇਦ ਉਹ ਅਨੁਸ਼ਾਸਨ ਲਈ ਅਲੱਗੜਾ ਹੈ।
ਸੋ ਕਹਿਣ ਦਾ ਅਰਥ ਆ ਕਿ ਇਸ ਮੋੜ ਤੇ ਜਿੱਥੇ ਨਵਜੋਤ ਸਿੱਧੂ ਤੇ ਕਾਂਗਰਸ ਹਾਈਕਮਾਂਡ ਖੁੱਲਦੀ ਹੈ, ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦੇ ਵਿਚਕਾਰ ਕੋਈ ਸਮਝੌਤਾ ਜਿਹੜਾ ਹੋ ਸਕਦਾ, ਕਿਉਂਕਿ ਇਹ ਗੱਲ ਪੱਕੀ ਹੈ ਕਿ ਜੇਕਰ ਨਵਜੋਤ ਸਿੱਧੂ ਨੂੰ ਤੁਸੀਂ ਕਹੋ ਕਿ ਤੁਸੀਂ ਬਤੌਰ ਵਰਕਰ ਕੰਮ ਕਰਦਾ ਪਾਰਟੀ ਦੇ ਵਿੱਚ, ਤਾਂ ਮੇਰਾ ਨਹੀਂ ਖਿਆਲ ਉਹ ਇਸ ਚੀਜ਼ ਨਾਲ ਸਹਿਮਤ ਹੋਣਗੇ। ਦੂਜੇ ਪਾਸੇ ਇਹ ਵੀ ਚੀਜ਼ ਨਹੀਂ ਹੈ ਕਿ ਕਾਂਗਰਸ ਹਾਈਕਮਾਂਡ ਰਾਜਾ ਵੜਿੰਗ ਨੂੰ ਲਾ ਕੇ ਦੁਬਾਰਾ ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾ ਦੇਣ। ਤੇ ਤੀਸਰੀ ਵੱਡੀ ਗੱਲ ਕਿ ਜਿਹੜੀ ਕਾਂਗਰਸ ਹਾਈਕਮਾਨ ਆ ਉਹਨੂੰ ਹੁਣ ਇੱਕ ਅਨੁਸ਼ਾਸਨ ਦਾ ਜਿਹੜੀ ਮਿਸਾਲ ਪੇਸ਼ ਕਰਨੀ ਹੈ, ਜਿਸ ਤਰੀਕੇ ਨਾਲ ਬੀਤੇ ਦੌਰ ਦੇ ਵਿੱਚ ਰਾਜਾ ਵੜਿੰਗ ਵੀ ਕਹਿ ਚੁੱਕੇ ਆ, ਤਾਂ ਕਾਂਗਰਸ ਹਾਈਕਮਾਨ ਨੂੰ ਇਹਦੇ ਨਾਲ ਮੇਰਾ ਨਹੀਂ ਖਿਆਲ ਕੋਈ ਫਰਕ ਪੈਂਦਾ ਹੋਵੇ, ਕਿਸੇ ਦੀ ਜਾਕੜ ਜੇ ਚਲੇ ਗਏ ਨੇ, ਠੀਕ ਹੈ ਨੁਕਸਾਨ ਹੋਏਗਾ, ਪਰ ਜਿਸ ਤਰੀਕੇ ਨਾਲ ਅਸੀਂ ਆਮ ਚਰਚਾਵਾਂ ਕਰਦੇ ਹਾਂ, ਕਾਂਗਰਸ ਹਾਈਕਮਾਨ ਦੀਆਂ ਨਜ਼ਰਾਂ ਜਿਹੜੀਆਂ ਨੇ ਉਹ 2024 ਦੇ ਚੋਣਾਂ ਦੇ ਉੱਤੇ ਆ, ਪੰਜਾਬ ਦੇ ਵਿੱਚ ਜਾਂ ਬਾਕੀ ਰਾਜਾਂ 'ਚ ਕਾਂਗਰਸ ਦੇ ਕਿਹੜੇ ਲੀਡਰ ਜਾਂਦੇ ਆ, ਕਿਹੜੇ ਜੋ ਵੀ ਆ ਚੋਣਾਂ ਦੇ ਕਾਂਗਰਸ ਦਾ ਲੀਡਰਾਂ ਦੇ ਨਾਲ ਹੀ ਲੜੀਆਂ ਜਾਣੀਆਂ ਨੇ, ਤੇ ਜੇ ਲੀਡਰ ਚੜ ਚੜ ਜਾਣ ਲੱਗ ਗਏ ਉਹ ਵੀ, ਕਿਉਂਕਿ ਪੰਜਾਬ ਦੇ ਜੇ ਪ੍ਰਸੰਗ ਤੋਂ ਦੇਖੀਏ ਤਾਂ ਜਾਖੜ ਪੰਜਾਬ ਦੇ ਵਿੱਚ ਕਾਂਗਰਸ ਦੇ ਮੇਰੇ ਖਿਆਲ ਸਭ ਤੋਂ ਵੱਡੇ ਲੀਡਰ ਮੰਨੇ ਜਾ ਰਹੇ ਸੀ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਤੇ ਨਵਜੋਤ ਸਿੰਘ ਸਿੱਧੂ ਤੋਂ ਪਹਿਲਾਂ, ਤਾਂ ਹੁਣ ਨਵਜੋਤ ਸਿੰਘ ਸਿੱਧੂ ਦੀ ਵੀ ਤਿਆਰੀ ਹੈ, ਹੁਣ ਜਾਖੜ ਚਲੇ ਗਏ ਨੇ, ਤਾਂ ਫਿਰ ਜੇ 24 ਤੇ ਧਿਆਨ ਆ ਤਾਂ ਫਿਰ ਇਹਨਾਂ ਗੱਲਾਂ ਤੇ ਵੀ ਧਿਆਨ ਤਾਂ ਦੇਣਾ ਹੀ ਪਊਗਾ ਨਾ। ਜੀ ਜੀ ਮੈਂ ਤੁਹਾਨੂੰ ਉਹੀ ਲੱਗਾਂ ਦੱਸਣ, ਕਿਉਂਕਿ ਜਿਹੜੀ ਕਾਂਗਰਸ ਦੀ ਹਾਈਕਮਾਂਡ ਆ ਉਹ ਇਸ ਤਰੀਕੇ ਨਾਲ ਲੈ ਰਹੀ ਹੈ ਕਿ ਅਸੀਂ ਇੱਕ ਵਾਰੀ ਉਹ ਅਨੁਸ਼ਾਸਨ ਕਾਇਮ ਕਰਦਾ ਕਿ ਕੋਈ ਸਾਡੇ ਸਾਹਮਣੇ ਜਾਂ ਸਾਡੇ ਫੈਸਲਿਆਂ ਦੇ ਵਿਰੁੱਧ ਕੋਈ ਬੰਦਾ ਬੋਲ ਨਾ ਸਕੇ। ਹੁਣ ਕਿਉਂਕਿ ਨਵਜੋਤ ਸਿੱਧੂ ਵੀ ਸਮੇਂ ਸਮੇਂ ਤੇ ਕਾਂਗਰਸ ਹਾਈਕਮਾਨ ਦੇ ਕਈਆਂ ਫੈਸਲਿਆਂ ਦੀ ਆਲੋਚਨਾ ਜਿਹੜੀ ਪੰਜਾਬ ਦੇ ਪ੍ਰਸੰਗ ਵਿੱਚ ਕਰ ਚੁੱਕੇ ਆ, ਤੇ ਸੁਨੀਲ ਜਾਖੜ ਦੇ ਕਲੀਅਰ ਕੱਟ ਜਿਹੜੀ ਆ ਕਾਂਗਰਸ ਹਾਈਕਮਾਨ ਦੀ ਜਿਹੜੀ ਸਹੂਲਤ ਕੀਤੀ ਹੈ। ਸੁਨੀਲ ਜਾਖੜ ਦਾ ਜਿਹੜਾ ਚੈਪਟਰ ਵਿਖੇ ਤਾਂ ਉਹ ਕਲੋਜ਼ ਹੋ ਚੁੱਕਾ, ਤੁਹਾਡਾ ਪ੍ਰਸ਼ਨ ਜਿਹੜਾ ਨਵਜੋਤ ਸਿੱਧੂ ਦੇ ਸੰਬੰਧ ਵਿੱਚ ਤੁਸੀਂ ਉਹਨੂੰ ਪੁੱਛਿਆ, ਕਾਂਗਰਸ ਹਾਈਕਮਾਨ ਕਿਸੇ ਵੀ ਸੂਰਤ ਦੇ ਵਿੱਚ ਹੁਣ ਇਹੋ ਜਿਹਾ ਪ੍ਰਭਾਵ ਦੇਣਾ ਨਹੀਂ ਚਾਹੁੰਦੀ ਕਿ ਉਹ ਨਵਜੋਤ ਸਿੱਧੂ ਦੇ ਸਾਹਮਣੇ ਝੁੱਕ ਗਈ ਆ। ਆਹ ਇਹ ਉਹਨਾਂ ਨੇ ਪ੍ਰਭਾਵ ਬਿਲਕੁਲ ਦੇਣ ਦੀ ਕੋਸ਼ਿਸ਼ ਨਹੀਂ ਕਰਦੀ, ਉਹਨਾਂ ਨੇ ਇਹ ਕਿਹੜਾ ਇਹ ਪ੍ਰਭਾਵ ਦਿੱਤਾ ਜਾਏਗਾ ਕਿ ਕਾਂਗਰਸ ਹਾਈਕਮਾਨ ਜਿਹੜੀ ਸੁਖੀ ਹੈਗੀ ਆ, ਇਹਦੇ ਵਾਸਤੇ ਨੁਕਸਾਨ ਚੱਲਣਾ ਪੈਂਦਾ ਨਹੀਂ ਚੱਲਣਾ ਪੈਂਦਾ, ਇਹ ਇੱਕ ਅਲੱਗ ਵਿਸ਼ਾ। ਪਰ ਕਿਉਂਕਿ ਜਿਹੜੇ 2 ਦਿਨ ਦੀਆਂ ਚਿੰਤਨ ਸ਼ਿਵਰ ਜਿਹੜਾ ਕੈਂਪ ਲੱਗਾ ਉੱਥੇ ਅੱਜ ਉਹਦਾ ਸਿੱਟਾ ਜਿਹੜਾ ਉਹ ਨਿਕਲੇਗਾ ਕਿ ਉਸ ਦੇ ਵਿੱਚ ਕੀ ਨਿਕਲਿਆ, ਤਾਂ ਇਹ ਜਿਹੜਾ ਅਨੁਸ਼ਾਸਨ ਜਿਹੜਾ 3D ਦਾ ਮੰਤਰ ਜਿਹੜਾ ਰਾਜਾ ਵੜਿੰਗ ਨੇ ਬੀਤੇ ਦਿਨਾਂ 'ਚ ਦਿੱਤਾ, ਤਾਂ ਉਹ ਜਿਹੜਾ 3D ਦਾ ਮੰਤਰ ਸੀ ਜਾਂ ਉਹ 3D ਦੀ ਜਿਹੜੀ ਗੱਲ ਸੀ ਉਹ ਬਾਕੀ ਕਾਂਗਰਸੀ ਵਰਕਰਾਂ ਵਾਸਤੇ ਨਹੀਂ ਸੀ, ਗੱਲ ਕਲੀਅਰ ਕਰੀਏ, ਉਹ ਇਨਡਾਇਰੈਕਟਲੀ ਵੇ ਨਾਲ ਨਵਜੋਤ ਸਿੱਧੂ ਨੂੰ ਇੱਕ ਸਲਾਹ ਸਿੱਖੀ ਇਸ ਤਰੀਕੇ ਨਾਲ ਮਿੱਤਰਾ ਕਰਨਾ ਪਏਗਾ, ਤਾਂ ਇਸ ਤਰੀਕੇ ਨਾਲ ਆਪਾਂ ਚੱਲਣਾ ਜੇ ਚੱਲਣਾ ਤੇ ਇਹ ਚੀਜ਼ਾਂ ਨੂੰ ਧਿਆਨ 'ਚ ਰੱਖਣਾ ਪਏਗਾ। ਪਰ ਉਹਨਾਂ ਚੀਜ਼ਾਂ ਦੇ ਉਲਟ ਨਵਜੋਤ ਸਿੱਧੂ ਦੀਆਂ ਸਰਗਰਮੀਆਂ ਪੂਰਨ ਤੌਰ ਤੇ ਜਾਰੀ ਆ, ਤਾਂ ਉਸੇ ਤਰੀਕੇ ਨਾਲ ਕਰ ਰਿਹਾ। ਤਾਂ ਹੁਣ ਫਿਰ ਇਹੋ ਜਿਹੀਆਂ ਸਥਿਤੀਆਂ ਦੇ ਵਿੱਚ ਕਾਂਗਰਸ ਵਾਸਤੇ ਕਾਂਗਰਸ ਹਾਈਕਮਾਨ ਵਾਸਤੇ ਬੜੀ ਜਿਹੜੀ ਸਥਿਤੀ ਆ ਉਹ ਹੋਰ ਤਰੀਕੇ ਦੀ ਬਣ ਜਾਂਦੀ ਕਿ ਉਹ ਕਰੇਗੀ, ਕਿਉਂਕਿ ਇੱਕ ਪਾਸੇ ਹਰੀਸ਼ ਚੌਧਰੀ ਜਿਸ ਤਰੀਕੇ ਦੀਆਂ ਚਰਚਾਵਾਂ ਨੇ ਕਿ ਉਹ ਐਕਸ਼ਨ ਲੈਣ ਦੀ ਨਵਜੋਤ ਸਿੱਧੂ ਦੇ ਖਿਲਾਫ ਚਿੱਠੀ ਲਿਖ ਚੁੱਕੇ ਆ, ਦੂਜੇ ਪਾਸੇ ਇਹ ਵੀ ਗੱਲ ਨਾਲ ਆ ਕਿ ਉਹ ਜਿਹੜੀ ਚਿੱਠੀ ਆ ਏ ਕੇ ਅੰਟਾਨੀ ਕੋਲ ਪਹੁੰਚ ਚੁੱਕੀ ਆ, ਤਾਂ ਫਿਰ ਉਹ ਸਾਰੇ ਪ੍ਰਸੰਗ ਦੇ ਵਿੱਚ ਇਹ ਤੈਅ ਆ ਕਿ ਕਾਂਗਰਸ ਹਾਈਕਮਾਨ ਨਵਜੋਤ ਸਿੱਧੂ ਦੇ ਖਿਲਾਫ ਕੋਈ ਐਕਸ਼ਨ ਜਿਹੜਾ ਜ਼ਰੂਰ ਕਰੇਗੀ। ਐਕਸ਼ਨ ਹੋ ਸਕਦਾ ਕਿ ਇਹੋ ਜਿਹਾ ਹੀ ਹੋਵੇ ਜੋ ਜਿਹਾ ਸੁਨੀਲ ਜਾਖੜ ਦੇ ਪ੍ਰਤੀ ਲਿਆ, ਤੇ ਨਵਜੋਤ ਸਿੱਧੂ ਸੁਨੀਲ ਜਾਖੜ ਤੋਂ ਵੀ 2 ਕਦਮ ਅੱਗੇ ਆ, ਕੋਈ ਵੀ ਐਕਸ਼ਨ ਜੇਕਰ ਹੋਇਆ ਤਾਂ ਨਵਜੋਤ ਸਿੱਧੂ ਆਖਰੀ ਕਾਂਗਰਸ ਛੱਡ ਦੇਣਗੇ, ਜੋ ਸਥਿਤੀਆਂ ਦਾ ਸੱਚ ਆ ਜੋ ਸਾਹਮਣੇ ਆਇਆ। ਜੀ ਮੈਨੂੰ ਇਹ ਲੱਗ ਰਿਹਾ ਕਿ ਨਵਜੋਤ ਸਿੰਘ ਸਿੱਧੂ ਖੁਦ ਨਹੀਂ ਕੋਈ ਸਟੈਂਡ ਲੈਂਦੇ, ਮੈਨੂੰ ਲੱਗਦਾ ਕਿ ਫਿਲਹਾਲ ਜੋ ਸਥਿਤੀਆਂ ਨਵਜੋਤ ਸਿੰਘ ਸਿੱਧੂ ਦੀ ਰਣਨੀਤੀ ਆ ਉਹ ਇਹ ਲੱਗ ਰਹੀ ਹੈ ਕਿ ਕਾਂਗਰਸ ਨੂੰ ਮਜ਼ਬੂਤ ਕੀਤਾ ਜਾਵੇ ਬਾਹਰ ਕੱਢਣ ਦੇ। ਜੀ ਨਹੀਂ ਮੈਂ ਉਹ ਤਾਂ ਕਹਿ ਰਿਹਾ ਨਾ ਕਿ ਕਾਂਗਰਸ ਹਾਈਕਮਾਨ ਜੇਕਰ ਕੋਈ ਵੀ ਐਕਸ਼ਨ ਲੈਂਦੀ ਆ, ਜੇਕਰ ਕਾਂਗਰਸ ਹਾਈਕਮਾਨ ਕਾਰਨ ਦੱਸੋ ਨੋਟਿਸ ਜਾਰੀ ਕਰਦੀ ਆ, ਤਾਂ ਜਿਸ ਤਰੀਕੇ ਨਾਲ ਸੁਨੀਲ ਜਾਖੜ ਨੇ ਕੋਈ ਜਵਾਬ ਨਹੀਂ ਸੀ ਦਿੱਤਾ, ਉਸੇ ਤਰੀਕੇ ਨਾਲ ਨਵਜੋਤ ਸਿੱਧੂ ਵੀ ਕੋਈ ਜਵਾਬ ਨਹੀਂ ਦਿੱਤੀ, ਤੇ ਜੇਕਰ ਕਾਂਗਰਸ ਹਾਈਕਮਾਨ ਵੱਲੋਂ ਕੁਝ ਅਜਿਹਾ ਕੀਤਾ ਜਾਂਦਾ ਤਾਂ ਫਿਰ ਹੋ ਸਕਦਾ ਕਿ ਮੈਂ ਤੁਹਾਡੇ ਇਸ ਗੱਲ ਤੋਂ ਹੋਵਾਂ ਉਲਟ ਜਾ ਕੇ ਮੈਂ ਇੰਨੀ ਗੱਲ ਕਹਾਂ ਕਿ ਨਵਜੋਤ ਸਿੱਧੂ ਛੱਡ ਦੇਣਗੇ, ਜੇਕਰ ਜਿਸ ਤਰੀਕੇ ਨਾਲ ਨਵਜੋਤ ਮਾਫ ਕਰਨ ਜਿਸ ਤਰੀਕੇ ਨਾਲ ਸੁਨੀਲ ਜਾਖੜ ਕਹਿੰਦੇ ਰਹੇ ਨੇ ਕਿ ਮੈਨੂੰ ਕਾਂਗਰਸ ਹਾਈਕਮਾਨ ਨੇ ਨੋਟਸ ਕੱਢ ਕੇ ਜਲੀਲ ਕੀਤਾ ਸੀਨੀਅਰ ਬੰਦਿਆਂ ਦੇ, ਇਸ ਪ੍ਰਸੰਗ ਦੇ ਵਿੱਚ ਜੇਕਰ ਨਵਜੋਤ ਸਿੱਧੂ ਨੂੰ ਕੁਝ ਪ੍ਰਸੰਗ ਮਾਫ ਕਰਦਾ ਜੇ ਕੋਈ ਕਾਰਨ ਦੱਸੋ ਨੋਟਿਸ ਜਾਰੀ ਹੁੰਦਾ, ਤਾਂ ਉਸਦਾ ਐਕਸ਼ਨ ਜਿਹੜਾ ਰਿਐਕਸ਼ਨ ਜਿਹੜਾ ਹੋਏਗਾ ਨਵਜੋਤ ਸਿੱਧੂ ਦਾ ਜ਼ਿਆਦਾ ਪ੍ਰਭਾਵ ਹੋਵੇਗਾ ਕਾਂਗਰਸ ਹਾਈਕਮਾਨ ਦੇ ਮੁਕਾਬਲੇ, ਮੈਨੂੰ ਇਸ ਤਰ੍ਹਾਂ ਲੱਗਦਾ, ਕਿਉਂਕਿ ਅਜੇ ਤੱਕ ਨਵਜੋਤ ਸਿੱਧੂ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਬੇਰੋਕ ਜਾਰੀ ਹੈ, ਕਾਂਗਰਸ ਹਾਈਕਮਾਨ ਉਹਨਾਂ ਨੂੰ ਵੇਖਦੀ ਪਈ ਆ, ਅਸੀਂ ਕਹਿ ਸਕਦੇ ਕਿ ਬਰਦਾਸ਼ਤ ਕਰਦੀ ਪਈ ਆ, ਤੇ ਦੂਸਰੇ ਪਾਸੇ ਉਹਨਾਂ ਦੀਆਂ ਗੱਲਾਂ ਜਿੰਨੀਆਂ ਕਹਿ ਸਕਦੇ ਆ ਆਪਾਂ ਸੁਣੀਆਂ ਜਾ ਰਹੀਆਂ, ਜਿਸ ਤਰੀਕੇ ਨਾਲ ਕੱਲ ਜਾਖੜ ਨੇ ਗੱਲਾਂ ਕਹੀਆਂ।
मैं जी गल कर रहा सर, मैं यह गल कर रहा कि जी गल इस वे प्रदेश कांग्रेस कमेटी के प्रधान जिस तरीके की गल कर रहे हैं कि जो वो एक सब कुछ इनी गल कह देंगे कि हाँ भाई सानू कोई इतराज नहीं, जेकर नवजोत सिद्धू किसी को मिलते हैं इंडिपेंडेंट मिलते हैं सानू कोई इतराज नहीं, इनी गल कह के मगरों इनी गल जरूर कह देंगे कि हाँ जो बंदा वक्रा धड़ा बना रहा सानू इतराज आ, वह अनुशासन भंग आ, इस तरह नहीं होना चाहिए। 15 तो बाद वेखना सारे लीडर एक सूत्र च बजे नजर आएंगे, एक सूत हो जाएंगे। मैं उस प्रसंग के कर रहा उस संदर्भ के गल कर रहा कि नवजोत सिद्धू मुद्दे की राजनीति तो करते पे आ, मुद्दे ही उठा रहे हैं, पर वह मुद्दे जोड़े ने कांग्रेस हाईकमान की जी प्रदेश कांग्रेस कमेटी की इकाई आ शायद उसको हजम नहीं हो रहे, करके अनुशासन का जरा पाठ आ नवजोत सिद्धू के संबंध में पढ़िया जरूर जाता। मैं इस स्थिति के गल जी कर रहा जी। बिल्कुल बिल्कुल, कल अमित शाह पंजाब आए हुए थे, उन्होंने आम आदमी पार्टी के उपर भी निशाने जेडे काफी साधे आते, नाल ही नाल ऐलान करके कहते कि आने वाली सरकार भाजपा की होगी पंजाब के अंदर। जी सुखविंदर जी, जेडे नड्डा साहब की गल जी पंजाब फिरी सी उत्थे लुधियाने दे विच, उन्होंने भी कुछ अजिहे गल्लां जिहड़ियां ने ओह कीतियां ने। उन्होंने एक यह भी गल कही जिस तरीके अमित शाह होना की गल कर रहे जी, नड्डा ने भी यह गल कही कि जी पंजाब की सरकार है ये अरविंद केजरीवाल रोबोट के नाल चला रहा, लुधियाने के सनअतकारा जो गलबात कर रही थी, तो उन्होंने ये गल कही कि पंजाब के लोग जिहड़े ने हुण आम आदमी पार्टी को वोटा पा के पछता रहे हैं कि जदों की सिख मसले जिहड़े ने वह नगर प्रधानमंत्री मोदी ने जिहड़े सब तो ज्यादा हल किए हैं, उन्होंने वेरवा दिता करतारपुर कॉरीडोर जरा सिख जग सिख जगत की जी बड़े लंबे समय की जी मंग से उसको हल मोदी सरकार ने किया। सब तो वाला उन्होंने एक जरा इंकशाफ किया वो ये गल कही कि 483 जोड़े काली सूची से उन्होंने सिखा के जो नाम दर्ज सन, तो उन्होंने 482 बंद नाम जोड़े ने नरेंद्र मोदी की सरकार ने खत्म कर दिए। वैसे सुखविंदर जी एक गल मैं ये भी कह कि अज तक वो काली सूची किसी ने देखी नहीं, ना आ 84 तो लैके हुण तक असीं काली सूची सुनते जरूर आ रहे हैं, पर काली सूची की कभी झलका मिली नहीं कि किहड़े किहड़े बंदिआं दे नाम उन्हां विच शामिल हन जां किहड़े च नहीं। खैर नड्डा साहब ने इन्नी गल कही कि 483 बंदिआं दे नाम जिहड़े आ उहदे चों रिमूव कर दित्ते गए आ, इस तों इलावा उन्होंने नहीं 483 दे विचों 421 बंदिआं दे नाम रिमूव कहिंदे कर दित्ते गए। जी शायद मैं दस्सां तुसीं ठीक जी बिल्कुल। दूसरी गल जिहड़ी उन्होंने कही उन्होंने ये गल कही कि नरेंद्र मोदी की सरकार जी भाजपा की सरकार अजि सरकार से जिन्हें 1984 के जोड़े दंगे हुए नसलकुशी हुई उन्होंने खिलाफ सिट बनाई, सिट बना के जोड़े उस नसलकुशी वास्ते जिम्मेवार बने सन उन्होंने जेलों के डकिया, जिस करके सिख जगत जरा प्रधानमंत्री मोदी की अगवाई के पूर्ण तौर पर अपना विश्वास जरा प्रगट कर रहा। इस आधार पर ही उन्होंने इन्नी गल कही है कि आ जी भारतीय जनता पार्टी है अगली सरकार भारतीय जनता पार्टी की बनेगी। तो सुखविंदर जी मैनू इस तरीके लगता कि जिस तरीके नरेंद्र मोदी होना ने बीते दौर सिख सिख जगत सन्मानित हस्तियां ने उन्होंने सीधा डायलॉग रचाया, सम्मान रचा रहे हैं और सिखा दे विच एक तगड़ी अपनी पैठ बना रहे हैं, और उहदे नाल ही नाल जिहड़े पंजाब भाजपा के प्रधान अश्विनी शर्मा ने जिहड़ा उन्होंने भी एक बयान बीते दिन चाया सी कि असीं अकाली दल दे नाल कोई समझौता नहीं करना, असीं इंडिपेंडेंट अपनियां चोणां पंजाब दे विच लड़नियां। तो यह सारिया स्थितियां यह दसदियां ने कि आम भारतीय जनता पार्टी जी पंजाब दे विच पहला उन्हें एक आप कह सकते हैं टेलर विखाया जा रिहर्सल की, असल जो निशाना आ वह 27 दी चोणां होणगियां, 27 दी चोणां दे विच हो सकता कि उदों तक वह सिख हल्कियां दे विच अपनी एक जबरदस्त पैठ जी बना जाण, यह वक्त दसेगा कि बनाउंदे आ कि नहीं बनाउंदे। बाकी जिस तरीके नाल वह सिख मसलियां नूं आधार बना के गल कर रहे आ तो इस तरह लगता कि उन्हों का जरा अगला निशाना खास तौर पर श्रोमणी गुरुद्वारा प्रबंधक कमेटी की चोणा भी हो सकती हैं, फिर चोणों तो बाद हो सकता कि वह अपनी सरकार बनाने वाल तुरना। बाकी हर पार्टी सुखविंदर जी योजे दावे वादे तो करती है, पता तो उदो लगना जो उस पार्टी ने लोगों की कचहरी के जाना होगा। जी बिल्कुल साहब जी, सा प्रोग्राम जुड़े बहुत बहुत धन्यवाद, बहुत बहुत शुक्रिया सुखविंदर जी। टाइसन प्रोफेसर मनजीत सिंह अणखी साहब जिन्हों के वालों इन अहम खबरों के उपर साडे नाल गलबात की गई है, उम्मीद करते हैं कि अणखी साहब के नाल की गलबात तुहानू जरूर पसंद आएगी। दोबारा फिर मिलेंगे इस प्रोग्राम के विच, तद तक दी इजाजत, धन्यवाद।